ਇੱਥੇ ਕੋਈ ਕਿਸੇ ਦਾ ਧੀ ਪੁੱਤ ਮਰਵਾਓਗੇ ਕਿਸੇ ਦਾ ਜਿਹੜਾ ਦੋ ਚਾਰ ਮਰੇ ਫੇ ਇਹਨਾਂ ਦਾ ਤੁਸੀਂ ਇਲਾਜ ਕਰਨਾ। ਸੈਂਟਰਲ ਟਾਊਨ ਜਲੰਧਰ ਦੀ ਆ ਇਹ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਆਪਣਾ ਮਨੀ ਕਲਾਰ। ਆਹ ਪੈਪ ਦੇਖਿਓ ਬੜਾ ਜਿਹਾ ਥੱਲਿਓ, ਤਾਂ ਫਿਰ ਤੁਹਾਨੂੰ ਮੈਂ ਇਸ ਤੋਂ ਬਾਅਦ 'ਚ ਦਿਖਾਉਣਾ ਵੀ ਹੈ ਕਾਹਦਾ। ਗੌਰ ਨਾਲ ਦੇਖ ਲਓ ਇੱਕ ਵਾਰੀ, ਆਹ ਸਾਰਾ ਥੱਲਿਓ ਗਲਿਆ ਪਿਆ ਆ। ਔਰ ਇਕੱਲਾ ਇੱਧਰੋਂ ਹੀ ਨਹੀਂ, ਇਹ ਇੱਧਰੋਂ ਵੀ ਆਹ ਹੀ ਹਾਲ ਹੈ। ਆਹ ਦੇਖੋ, ਚਾਰ ਚੁਫੇਰਾ ਤੁਹਾਨੂੰ ਦਿਖਾਤਾ। ਹੁਣ ਇਹ ਪੈਪ ਹੈ ਕਾਹਦਾ, ਇਹ ਤੁਸੀਂ ਆਪ ਦੇਖ ਲਓ। ਬਿਜਲੀ ਮਹਿਕਮੇ ਦੀਆਂ ਜਿਹੜੀਆਂ ਇਹ ਵੱਡੀਆਂ ਗਲਤੀਆਂ ਨੇ, ਇਹ ਬਿੱਲ ਲੋਕਾਂ ਦੇ 14-14 15-15 ਹਜ਼ਾਰ 20-20 ਹਜ਼ਾਰ ਉੱਪਰ ਕਿੰਨਾ ਲੋਡ ਆ ਇਹ। ਹੈਂ ਵੱਡੀ ਜਾਂਦੀ ਮਿਸਨ ਇਹ ਵੀ ਆ ਉੱਪਰਲੇ ਪਾਸੇ ਦੀ ਜਾਣ ਦੀ ਜਿਹੜੀ ਹੈ, ਅਤੇ ਥੱਲੇ ਇਸ ਖੰਭੇ ਦੇ ਥੱਲੇ ਪੈਰ ਹੀ ਨਹੀਂ ਹੈਗੇ। ਹੈਂ ਅਤੇ ਉੱਤੇ ਆ ਢੱਠਾ ਹੋਇਆ ਬੋਰਡ ਲਾਇਆ ਹੋਇਆ, ਖਤਰਾ ਵੀ ਟੱਚ ਨਾ ਕਰੋ ਵੀ ਖਤਰਾ ਆ। ਠੀਕ ਹੈ ਟੱਚ ਨਹੀਂ ਕਰਦੇ ਭਾਈ, ਖਤਰਾ ਆ, ਪਰ ਆਹ ਖਤਰਾ ਜਿਹੜਾ ਥੱਲੇ ਇਹਦੀਆਂ ਜੜ੍ਹਾਂ ਹੀ ਹੈ ਨਹੀਂ ਗੀਆਂ, ਥੱਲੇ ਪੈਰ ਹੀ ਹੈ ਨਹੀਂ ਹੈ, ਇਹ ਖਤਰਾ ਕੌਣ ਦੇਖੂਗਾ ਬਈ? ਇਸ ਖਤਰੇ 'ਤੇ ਕੌਣ ਧਿਆਨ ਦਊਗਾ? ਐਡੀ ਤਕੜੀ ਪਾਵਰ ਜਾਣਦੇ ਹੀ ਆ ਲੋਕ ਇਸ ਸੜਕ ਉੱਤੋਂ ਦੀ ਆਉਂਦੇ ਜਾਂਦੇ ਆ, ਲੰਘਦੇ ਆ। ਆਹ ਦੇਖੋ ਸੈਂਟਰਲ ਟਾਊਨ ਜਲੰਧਰ ਦੀ ਆ ਇਹ ਗੱਲਬਾਤ। ਅਚਾਨਕ ਲੰਘ ਰਿਹਾ ਸੀ, ਮੈਂ ਤਾਂ ਆਪਣੇ ਕੰਮ ਆਇਆ ਸੀਗਾ, ਤਾਂ ਮੈਨੂੰ ਇਹ ਦਿਸਿਆ, ਤਾਂ ਮੈਂ ਕਿਹਾ ਕਿਉਂ ਨਾ ਹੋਵੇ ਯਾਰ, ਇਹਦੀ 'ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਵੀ ਖੰਭੇ ਦੇ ਪੈਰ ਨਹੀਂ ਹੈਗੇ, ਰੱਬ ਨਾ ਕਰੇ ਇਹ ਡਿੱਗ ਜਾਵੇ ਕਿਸੇ ਦੇ ਉੱਤੇ, ਅਤੇ ਫਿਰ ਕਹਿਣਾ ਹਾਦਸਾ ਹੋ ਗਿਆ, ਹਾਦਸਾ ਹੋ ਗਿਆ। ਅਤੇ ਇਹ ਜੇ ਉਦੋਂ ਪਹਿਲਾਂ ਹੀ ਸਾਡੀਆਂ ਜਿਹੜੇ ਲੋਕ ਆ ਇਹਨੂੰ ਬਦਲਣ, ਸਾਡੇ ਬਿਜਲੀ ਮਹਿਕਮੇ ਦੇ ਲੋਕ ਜੇਈ ਸਾਹਿਬ ਹੋਣਗੇ ਜਿਹੜੇ, ਇੱਥੇ ਸੈਂਟਰਲ ਟਾਊਨ ਆ ਦੇ ਲਿਖਿਆ ਹੋਇਆ ਬੋਰਡ ਲੱਗਾ ਹੋਇਆ ਅੰਦਰਲੇ ਪਾਸੇ, ਅਤੇ ਇਹ ਕੌਣ ਦੇਖੂਗਾ ਇਹਨੂੰ? ਬੈੱਲ ਇੰਨੇ ਇੰਨੇ ਆਉਂਦੇ ਆ, ਬਾਬੇ ਨਾਲ ਗੱਲ ਕਰਦੇ, ਇੱਥੇ ਲਾਗੇ ਰੇਹੜੀਆਂ ਵੀ ਆ, ਆਹ ਦੇਖੋ ਫਰੂਟ ਦੀਆਂ, ਅਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ। ਕੀ ਨਾਮ ਆ ਤੁਹਾਡਾ? ਕਿਆ ਨਾ? ਕਲਿੱਤਰ। ਇਹ ਤੁਸੀਂ ਦੇਖਿਆ ਨੀ ਤੁਸੀਂ ਉਹ ਥੱਲੜੇ ਪਾਸੇ ਕੀ ਹੋਇਆ ਹੋਇਆ ਆ, ਉਹ ਖੰਭੇ ਦੇ ਹੇਠਲੇ ਪਾਸੇ ਕਦੋਂ ਦਾ ਹੋਇਆ ਆ? ਹੈਂ ਇਹ ਗਲਿਆ ਪਿਆ ਥੱਲਿਓ? ਹੈਂ ਇਹ ਬਿਜਲੀ ਬਿੱਲ ਕਿੰਨਾ ਕਿੰਨਾ ਆਉਂਦਾ ਸਾਰਿਆਂ ਦੇ? ਕਿੰਨਾ ਕਿੰਨਾ ਆਉਂਦਾ ਬਿੱਲ? ਹੈਂ ਤੇ ਜੇ ਇੱਥੇ ਹੋ ਜਾਵੇ ਸੁਣਾ ਕੇ ਵੀ ਉੱਤੋਂ ਲੰਘਣ ਦੇ ਹੀ ਆ, ਤੁਸੀਂ ਇੱਥੇ ਰੋਜ਼ ਰੇਹੜੀਆਂ ਲਾਉਂਦੇ ਆ, ਤੁਹਾਡੇ ਉੱਤੇ ਤਾਰਾਂ ਡਿੱਗ ਜਾਣ, ਪਰਿਵਾਰ ਟੱਬਰ ਤੁਹਾਡਾ ਹੈ ਨੀਗਾ? ਹੈਗਾ ਵੀ ਤੁਹਾਨੂੰ ਫਿਕਰ ਨਹੀਂ ਆਪਣਾ, ਇਹਨੂੰ ਕੰਪਲੇਂਟ ਕਿਉਂ ਨਹੀਂ ਕੀਤੀ ਤੁਸੀਂ ਇਹਦੀ? ਕੌਣ ਸੁਣਦਾ ਉਹਨਾਂ ਨੂੰ ਬਿੱਲਾਂ ਲੈਣ ਦਾ ਪਤਾ? ਹੈਂ ਉਹਨਾਂ ਨੂੰ ਬਿੱਲ ਲੈਣ ਦਾ ਪਤਾ ਆ, ਛਾਪੇ ਮਾਰਨ ਦਾ ਪਤਾ? ਇਹ ਰਾਤਾਂ ਨੂੰ ਗੇੜੇ ਦੇ ਜਿਹੜੇ ਆਉਂਦੇ ਪਿੰਡਾਂ ਦੇ ਵਿੱਚ ਵੀ ਛਾਪੇ ਮਾਰੀ ਹੁੰਦੀ ਆ, ਤੁਸੀਂ ਯਾਰ ਤੁਸੀਂ ਆਪਣਾ ਧਿਆਨ ਆਪ ਰੱਖੋ, ਇਹਦੇ ਲਾਗੇ ਨਾ ਖੜੋ। ਇਹਦੇ 'ਚ ਰੱਬ ਨਾ ਕਰੇ ਕੋਈ ਉਧਰੋਂ ਰੱਜਿਆ ਆ ਗਿਆ, ਉਹਨੇ ਟਰਾਲੀ ਮਾਰਤੀ, ਟਰੱਕ ਮਾਰਤਾ, ਕੁਛ ਵਿੱਚ ਵੱਜ ਗਈ, ਇਹ ਉੱਤੇ ਡਿੱਗ ਪੈਣਾ? ਇਹਨੂੰ ਸਪੋਰਟ ਕਿੱਥੇ ਆ? ਇਹਨੂੰ ਕੋਈ ਮੈਨੂੰ ਦੱਸੋ ਵੀ ਇਹਦੀ ਕੋਈ ਸਪੋਰਟ ਨਹੀਂ ਹੈਗੀ, ਕੋਈ ਇਹਨੂੰ ਮੰਨਿਆ ਨਹੀਂ ਹੈਗਾ, ਔਰ ਇਹਦੇ ਪੈਰ ਤਾਂ ਹੈ ਹੀ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਵੀ ਕਿਹਦੇ ਆਸਰੇ ਖੜਾ ਇਹ। ਹੈ ਨਾ ਬਾਬਾ ਜੀ, ਉਹ ਲੱਗਾ ਮਾੜਾ ਮੋਟਾ ਉਹਦੇ ਆਸਰੇ ਇਹ ਖੜਾ, ਇਹ ਅਦਰਵਾਈਜ਼ ਇਹਦੇ ਆਪਣੇ ਦੇ ਵਿੱਚ ਇਹਦੇ ਕੁਛ ਸਾਹ ਸਤ ਨਹੀਂ, ਉੱਤੇ ਖਤਰਾ ਲਿਖ ਕੇ ਲਾਇਆ ਹੋਇਆ ਆ, ਗਲਿਆ ਪਿਆ ਆ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਗੌਰਮੈਂਟ ਨੂੰ ਆਪਣੇ ਆਪ ਕੇਅਰ ਕਰਨੀ ਚਾਹੀਦੀ ਆ, ਦੇਖਣੀ ਚਾਹੀਦੀ ਬਿਜਲੀ ਮਹਿਕਮੇ ਵਾਲੇ ਬਿੱਲ ਲੈਣਾ ਆਉਂਦਾ ਉਹਨਾਂ ਨੂੰ, ਜਿਹੜੇ ਲੇਬਰ ਵਾਲੇ ਉਹਨਾਂ ਦੇ ਬੰਦੇ ਕੁਛ ਵੀ ਆ ਪ੍ਰਾਈਵੇਟ ਰੱਖੇ ਪਏ ਆ, ਉਹਨਾਂ ਨੂੰ ਚਾਹੀਦੇ ਆ ਦੇਖਣ ਚਾਖਣ। ਇਹ ਬਈ ਖਤਰੇ ਵਾਲਾ ਕੰਮ ਆ, ਇਹ ਤਾਂ ਬਹੁਤ ਖਤਰੇ ਵਾਲਾ ਕੰਮ ਆ, ਤਾਰਾਂ ਏਡਣੀਆਂ ਲਾਈਆਂ, ਉਹ ਦੇਖੋ ਬਾਬਾ ਜੀ ਗੱਲ ਹੈਗੀ, ਇਹਨੇ ਤਾਂ ਉੱਦਾਂ ਭੁੰਨ ਸੁੱਟਣੇ ਆ ਉੱਦਾਂ ਹੀ, ਹੈ ਨਾ? ਇਹ ਸਰਕਾਰਾਂ ਨੂੰ ਤੇ ਬਿਜਲੀ ਮਹਿਕਮੇ ਜਲੰਧਰ ਵਾਲਿਆਂ ਨੂੰ ਇਹਨਾਂ ਨੂੰ ਬਿੱਲ ਪਾਉਣੇ ਆਉਂਦੇ ਆ, ਇਹ ਮਾੜਾ ਜਿਹਾ ਧਿਆਨ ਦਿਓ ਭਾਈ ਇਸ ਗੱਲ 'ਤੇ, ਠੀਕ ਨਹੀਂ? ਇੱਥੇ ਕੋਈ ਕਿਸੇ ਦਾ ਧੀ ਪੁੱਤ ਮਰਵਾਓਗੇ ਕਿਸੇ ਦਾ, ਜਿਹੜਾ ਦੋ ਚਾਰ ਮਰੇ ਫੇ ਇਹਨਾਂ ਦਾ ਤੁਸੀਂ ਇਲਾਜ ਕਰਨਾ? ਹੱਦ ਆ ਯਾਰ ਤੁਹਾਡੀਆਂ, ਤੁਸੀਂ ਤਨਖਾਹਾਂ ਕਿਹੜੀ ਚੀਜ਼ ਦੀਆਂ ਲੈਣ ਦੇ? ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਣ ਦੀ, ਤੁਸੀਂ ਥਾਂ ਇੱਥੇ ਖਤਰਾ ਲਿਖ ਕੇ ਲਾਇਆ, ਇਸ ਤੋਂ ਵੱਧ ਖਤਰਾ ਕੀ ਹੋਊਗਾ ਵੀ ਇਹਦੇ ਪੈਰ ਹੀ ਹੈ ਨਹੀਂ ਥੱਲੇ? ਸ਼ਰਮ ਕਰੋ, ਸ਼ਰਮ ਕਰੋ ਬਿਜਲੀ ਮਹਿਕਮੇ ਵਾਲਿਓ, ਥੋੜ੍ਹੀ ਬਹੁਤੀ ਸ਼ਰਮ ਕਰੋ।
तो ये काम सैट कराओ जिनी छेती हो सकता है सैट कराओ है ना। कोई मर गया किसी का धी पुत तो तुम जिम्मेवार होंगे उस गल के। बहुत बहुत धन्यवाद।